ਪਤਾ ਨਹੀਂ ਦੀਦੀ ਕੱਲ੍ਹ ਸੂਟ ਤੇ ਲੈ ਗਏ ਆ ਅਤੇ ਕਹਿੰਦੇ ਸੀ ਮੈਂ ਸੂਟ ਪੈਸੇ ਭੇਜ ਦੂੰਗੀ ਅਤੇ ਹਜੇ ਤੱਕ ਨਹੀਂ ਭੇਜੇ। ਹੋਰ ਦੋ ਤਿੰਨ ਜਣੀਆਂ ਦੇ ਪਹਿਲੇ ਵੇਖਾਂ ਤਾਂ ਸਹੀ। ਆਹ ਵੀ 2000 ਰੁਪਇਆ ਲੈਣ ਵਾਲਾ ਵਾ, ਸੂਟ ਸਵਾ ਕੇ ਲੈ ਜਾਂਦੀਆਂ ਵਾ, ਪੈਸੇ ਨਹੀਂ ਦੇ ਕੇ ਜਾਂਦੀਆਂ। ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਦੀਦੀ। ਹਾਂਜੀ ਵਧੀਆ ਵਧੀਆ। ਹਾਂ ਦੀਦੀ, ਮੈਂ ਨਾ ਫੋਨ ਕੀਤਾ ਸੀ, ਸਵਾਈ ਦੇ ਜਾਣੀ ਸੀਗੀ, ਬਹੁਤ ਜ਼ਿਆਦਾ ਲੋੜ ਸੀਗੀ। ਹਾਂਜੀ, ਨਹੀਂ ਮੈਂ ਤਾਂ ਉੱਦਾਂ ਕਦੀ ਕਿਹਾ ਹੀ ਨਹੀਂ, ਤੁਹਾਨੂੰ ਪਤਾ ਹੀ ਆ ਕਿੰਨੇ ਕਿੰਨੇ ਸੂਟ ਚੱਲ ਜਾਂਦੇ ਆ, ਮੈਂ ਕਿੰਨੀ ਚੱਲ ਆਪੇ ਦੇ ਜਾਣਗੇ, ਪਰ ਇਸ ਟਾਈਮ ਨਾ ਬਹੁਤ ਜ਼ਿਆਦਾ ਲੋੜ ਸੀਗੀ। ਹਾਂ ਤੁਹਾਡਾ ਹੋਇਆ ਵਾ 2000 ਰੁਪਈਆ। ਹਾਂਜੀ ਹਾਂਜੀ, ਥੋੜ੍ਹੀ ਦੇਰ ਤੱਕ ਭੇਜ ਦਿਓ। ਚਲੋ ਠੀਕ ਆ, ਪਤਾ ਨਹੀਂ ਹੁਣ ਭੇਜਦੀਆਂ ਕਿ ਨਹੀਂ ਭੇਜਦੀਆਂ। ਇਹਦਾ ਵੀ 1244 ਰੁਪਈਏ ਇਹਦਾ ਵੀ ਦੇਣ ਵਾ, ਲੈਣ ਵਾਲੇ ਆ। ਹੈਲੋ ਹੈਲੋ, ਹਾਂਜੀ ਹਾਂਜੀ ਦੀਦੀ, ਸਤਿ ਸ਼੍ਰੀ ਅਕਾਲ। ਹਾਂਜੀ ਦੀਦੀ, ਤੁਹਾਡੇ ਨਾ 1200 ਰੁਪਈਆ ਰਹਿੰਦਾ ਸੀ ਬੈਲੈਂਸ, ਅਤੇ ਦੇ ਜਾਣਾ ਸੀਗਾ। 10 ਦਿਨ? ਨਹੀਂ ਨਹੀਂ ਦੀਦੀ, ਦੇ ਜਾਓ, ਮੈਨੂੰ ਨਾ ਬਹੁਤ ਜ਼ਿਆਦਾ ਲੋੜ ਸੀਗੀ। ਮੈਂ ਤਾਂ ਸਾਰਿਆਂ ਨੂੰ ਕਹਿੰਦੀ ਪਈ ਹਾਂ ਜਿਨ੍ਹਾਂ ਜਿਨ੍ਹਾਂ ਕੋਲ ਲੈਣੇ ਆ ਬੈਲੈਂਸ ਸਾਰਾ। ਨਹੀਂ 10 ਦਿਨ ਤਾਂ ਬਹੁਤ ਜ਼ਿਆਦਾ ਹੋ ਜਾਣੇ ਆ। ਨਹੀਂ ਨਹੀਂ ਦੀਦੀ, ਮੈਂ ਤਾਂ ਤੁਹਾਨੂੰ ਸਵਾਈ ਕਹਿਣ ਡਈ ਹਾਂ, ਕਿੰਨੇ ਦਿਨਾਂ ਬਾਅਦ ਤਾਂ ਮੈਂ ਕਹਿਣ ਡਈ ਹਾਂ, ਹੋਰ ਨਾ ਕਿਤੇ ਦਿਓ ਸੂਟ। ਤੁਹਾਨੂੰ ਪਤਾ ਆਹੀ ਕੁਛ ਕਰਕੇ ਤਾਂ ਮੈਂ ਆਪਣਾ ਘਰ ਦਾ ਗੁਜ਼ਾਰਾ ਚਲਾਉਂਦੀ ਹਾਂ। ਨਹੀਂ ਨਹੀਂ ਕਾਹਲੀ ਨਹੀਂ ਕਰਦੀ, ਕੋਈ ਗੱਲ ਨਹੀਂ, ਫਿਰ ਤੁਸੀਂ ਜਦੋਂ ਮਰਜ਼ੀ ਦੇ ਜਾਇਓ, ਪਰ ਥੋੜ੍ਹਾ ਛੇਤੀ ਕਰ ਦਿਓ। ਹਾਂ ਸੂਟ ਮੈਨੂੰ ਹੀ ਦੇ ਕੇ ਜਾਇਓ ਤੁਸੀਂ। ਹਾਂਜੀ ਹਾਂਜੀ, ਚਲੋ ਠੀਕ ਆ। ਕੀ ਹਾਲ ਆ ਦੁਨੀਆ ਦਾ, ਦੱਸ, ਪੈਸੇ ਮੰਗਣੇ ਨਹੀਂ ਮੈਂ, ਕੀ ਬੰਦਾ ਕਰੇ ਇਹਨਾਂ ਦਾ। ਵਿਮਲ? ਹਾਂਜੀ ਮੰਮੀ ਜੀ, ਆ ਜਾਓ। ਕੀ ਕਰਨ ਡਈ ਆ? ਕੁਛ ਨਹੀਂ ਮੰਮੀ ਜੀ, ਬਸ ਆ ਸੂਟ ਡਈ ਪ੍ਰੈਸ ਕਰਨ। ਅਤੇ ਮੈਨੂੰ ਇਹ ਦੱਸ, ਰੋਟੀ ਖਾਧੀ ਕਿ ਨਹੀਂ ਖਾਧੀ ਤੂੰ? ਨਹੀਂ ਮੰਮੀ, ਰੋਟੀ ਬਸ ਮੈਂ ਲੱਗੀ ਸੀ ਖਾਣ, ਉਹ ਨਾ ਇੱਕ ਦੋ ਜਣਿਆਂ ਨੂੰ ਪੈਸੇ ਕਹਿਣ ਦੀ ਸੀ ਕਿ ਦੇ ਜਾਓ, ਕਿੰਨੇ ਬੈਲੈਂਸ ਹੋਇਆ ਸੀ। ਅਮਨਦੀਪ ਦਾ ਸੂਟ ਸੀਣ ਡਈ ਆ ਨਾ? ਹਾਂਜੀ ਹਾਂਜੀ। ਕਿਉਂ ਸੂਟ ਸੀ ਕੇ ਦੇ ਜਾਂਦੀ ਆ? ਹਰ ਵਾਰੀ ਕਹਿ ਦਿੰਦੀ ਆ ਕਿ ਮੇਰਾ ਸੂਟ ਸੀ ਲਾ, 50 ਰੁਪਈਏ ਵੱਧ ਲੈ ਲਈ ਅਤੇ ਤੈਨੂੰ ਮੈਂ ਪੈਸੇ ਦੇ ਕੇ ਜਾਵਾਂਗੀ। ਚਲਾਕੀ ਨਾਲ ਸੂਟ ਸਵਾ ਕੇ ਲੈ ਜਾਂਦੀ ਆ ਅਤੇ ਪੈਸੇ ਦਿੰਦੀ ਨਹੀਂ ਹੈਗੀ ਉਹ। ਕੀ ਕਰਾਂ ਮੰਮੀ, ਹੁਣ ਸਾਨੂੰ ਤਾਂ ਪਤਾ ਤੁਹਾਨੂੰ ਲੋੜ ਆ ਕੰਮ ਦੀ। ਹੁਣ ਉਹ ਵੇਖੋ, ਮੈਂ ਹੁਣੇ ਫੋਨ ਕੀਤਾ, ਕਹਿੰਦੀ ਮੈਂ 10 ਦਿਨ ਤੱਕ ਪੈਸੇ ਦਿੰਦੀ ਹਾਂ, ਉਹ ਦੀਦੀ ਹੈਗੇ ਜਿਹੜੇ ਲਾਗੇ। ਅਤੇ ਮੈਂ ਕਿਹਾ ਨਹੀਂ ਦੀਦੀ, ਮੈਨੂੰ ਥੋੜ੍ਹੇ ਛੇਤੀ ਚਾਹੀਦੇ। ਕਹਿੰਦੀ ਕੋਈ ਨਹੀਂ, ਮੈਂ ਸੂਟ ਹੀ ਹੋਰ ਕਿਤੇ ਸਵਾ ਲਿਆ ਕਰੂੰਗੀ। ਤੂੰ ਮੈਨੂੰ ਤਾਂ ਘਰ ਦਾ ਐਡਰੈਸ ਦੇ, ਮੈਂ ਆਪ ਪੈਸੇ ਮੰਗ ਕੇ ਲੈ ਕੇ ਆਉਂਦੀ। ਨਹੀਂ ਨਹੀਂ ਮੰਮੀ, ਤੁਸੀਂ ਕਿਤੇ ਤੁਰੇ ਫਿਰੋਗੇ, ਆਪੇ ਦੇ ਜਾਣਗੀਆਂ। ਰਾਜੂ ਗਿਆ? ਹਾਂਜੀ ਉਹ ਗਏ ਆ ਬਾਹਰ ਤੱਕ, ਕਹਿਣ ਡਿਆ ਸੀ। ਚੱਲ ਇੱਧਰ ਆ ਘਰ ਸੁਣ, ਕਹਿਣ ਡਿਆ ਸੀ ਕਿ ਮੰਮੀ ਨਵੀਂ ਜਗ੍ਹਾ ਨੌਕਰੀ ਦਾ ਕੀਤਾ। ਕੱਲ੍ਹ ਵਿਹਲਾ ਮੈਂ ਗਈ ਸੀ ਰਾਜੂ ਦੇ ਪੁਰਾਣੇ ਮਾਲਕਾਂ ਕੋਲ, ਬਥੇਰੇ ਤਰਲੇ ਕੱਢੇ ਉਹਨਾਂ ਦੇ, ਪਰ ਉਹਨਾਂ ਨੇ ਮੰਨੀ ਥੋੜ੍ਹਾ। ਉਹ ਕਹਿੰਦੇ ਆ ਜਿਹੜਾ ਇੱਕ ਵਾਰੀ ਨਿਕਲ ਗਿਆ ਨਿਕਲ ਗਿਆ, ਹੁਣ ਆਪਾਂ ਨਵਾਂ ਬੰਦਾ ਰੱਖ ਲਿਆ ਅਤੇ ਨਾਲੇ ਇੰਨੇ ਦਿਨ ਕਿਹੜਾ ਕੋਈ ਇਹਨੂੰ ਵਹਿੰਦਾ ਰਹੇ। ਹਜੇ ਪਤਾ ਨਹੀਂ ਸੱਟ ਕਿੰਨੇ ਦਿਨ ਇਹਦੀ ਠੀਕ ਹੁੰਦੀ, ਕਿੰਨੇ ਦਿਨ ਨਹੀਂ ਠੀਕ ਹੁੰਦੀ, ਇੱਕ ਵਾਰੀ ਨਹੀਂ ਸੋਚਿਆ ਉਹਨਾਂ ਨੇ। ਇੱਦਾਂ ਹੀ ਮੰਮੀ ਕਰਦੇ ਆ, ਮਿਹਨਤ ਕਰੋਗੇ ਤਾਂ ਤੁਹਾਨੂੰ ਪੈਸੇ ਮਿਲਣੇ ਆ, ਨਹੀਂ ਤਾਂ ਨਹੀਂ ਮਿਲਣੇ। ਇੱਥੇ ਤਾਂ ਮਿਹਨਤ ਕਰਕੇ ਵੀ ਨਹੀਂ ਮਿਲਦੇ, ਤੁਹਾਨੂੰ ਪਤਾ ਹੀ ਆ ਨਾ ਹੁਣ ਕਿੰਨੇ ਕਿੰਨੇ ਬੈਲੈਂਸ ਪਿਆ ਵਾ। ਅਤੇ ਜੇ ਕਹੋ ਤਾਂ ਕਹਿ ਦਿੰਦੀਆਂ ਵਾ ਅਸੀਂ ਸੂਟ ਹੀ ਨਹੀਂ ਦੇਣੇ ਸੀਣੇ, ਅਸੀਂ ਹੋਰ ਕਿਸੇ ਨੂੰ ਦੇ ਦਾਂਗੇ। ਆਹ ਕੀ ਗੱਲ ਹੋਈ? ਅੱਛਾ ਜਿੱਥੋਂ ਸੂਟ ਲੈਂਦੀਆਂ ਏ ਉੱਥੇ ਪੈਸੇ ਦੇ ਕੇ ਲੈ ਆਉਂਦੀਆਂ ਨਗਦ, ਅਤੇ ਇੱਥੇ ਸਵਾਈ ਚਾ ਕੇ ਧਾਰ ਕਰਦੀਆਂ ਰਹਿੰਦੀਆਂ।
ਪਤਾ ਨਹੀਂ ਲੋਕਾਂ ਨੂੰ ਆ ਤੇ ਮੰਮੀ ਤੈਨੂੰ ਖਾਂਸੀ ਆਉਣ ਡਈ ਆ ਦਵਾਈ ਲਈ ਜੇ ਆਹੋ ਮੈਂ ਗਈ ਸੀ ਹੈਪੀ ਕੋ ਗੋਲੀ ਲਿਆਂਦੀ ਆ ਕਾਫੀ ਫਰਕ ਆ ਮੈਨੂੰ ਤੇ ਕੋਈ ਦੇ ਕੇ ਗਿਆ ਸਫਾਈ ਦਾ ਪੈਸਾ ਕਿ ਨਹੀਂ ਹਜੇ ਕੋਈ ਕਿੱਥੇ ਮੰਮੀ ਕਹਿਣ ਦਈ ਆ ਇੱਕ ਤੇ ਮੈਂ 12-1 ਵਜੇ ਤੱਕ ਆਉਂਦੀ ਹਾਂ ਕੀ ਪਤਾ ਹੁਣ ਆਉਂਦੀ ਆ ਕਿ ਨਹੀਂ ਆਉਂਦੀ ਆ ਇੱਕ ਨੇ ਤਾਂ ਸਿੱਧਾ 10 ਦਿਨ ਦਾ ਹੀ ਕਹਿ ਦਿੱਤਾ ਵਾ 10 ਦਿਨਾਂ ਬਾਅਦ ਦਊਂਗੀ ਚੱਲ ਕੋਈ ਗੱਲ ਨਹੀਂ ਤੂੰ ਨਾ ਰਾਜੂ ਨੂੰ ਇੰਨਾ ਕਿਹਾ ਕਰ ਪਤਾ ਕੀ ਜੇ ਰਾਜੂ ਨੂੰ ਕਹਾਂਗੇ ਨਾ ਤਾਂ ਪਰੇਸ਼ਾਨ ਹੁੰਦਾ ਉਹਨੂੰ ਫਿਰ ਨਾ ਆਪਣੇ ਆਪ 'ਚ ਹੋਰ ਤਰ੍ਹਾਂ ਮਹਿਸੂਸ ਹੁੰਦਾ ਕਿ ਮੈਂ ਘਰ 'ਚ ਕੁਝ ਨਹੀਂ ਕਰ ਸਕਦਾ ਨਹੀਂ ਨਹੀਂ ਮੰਮੀ ਮੈਂ ਤਾਂ ਉਹਨਾਂ ਨੂੰ ਬਹੁਤਾ ਕਹਿੰਦੀ ਨਹੀਂ ਹਾਂ ਕਿਸੇ ਵੀ ਚੀਜ਼ ਚੱਲ ਕੋਈ ਨਹੀਂ ਪੁੱਤ ਆਪਾਂ ਮਾਵਾਂ ਧੀਆਂ ਨੇ ਰਲ ਕੇ ਘਰ ਤੋਰਨਾ ਠੀਕ ਹੈ ਤੇ ਬਾਬਾ ਜੀ ਆਪੀ ਤੋਰੀ ਜਾਣ ਡੇ ਮੇਰੀ ਗੱਲ ਸੁਣ ਰੋਟੀ ਤੇ ਖਾ ਕੇ ਸੋਨੇ ਆ ਨਾ ਤੇ ਬਾਬਾ ਜੀ ਦੀ ਇੰਨੀ ਕਿਰਪਾ ਅੱਜ ਵੀ ਸਾਡੇ ਘਰ 4 ਪਰਾਹੁਣੇ ਆਏ ਰੋਟੀ ਖਵਾ ਕੇ ਭੇਜਾਂਗੇ ਉਹ ਮਾਲਕ ਦੀ ਇੱਦਾਂ ਹੀ ਮੇਰ ਹੀ ਰਵੇ ਮੰਮੀ ਬਿਲਕੁਲ ਬਿਲਕੁਲ ਮਾਲਕ ਨੇ ਸਾਰਾ ਕੁਝ ਦਿੱਤਾ ਤੇ ਆ ਲੈ ਫੜ ਮੇਰੀ ਧੀ ਆ ਕੁਝ ਪੈਸੇ ਪੈਸੇ ਹਾਂ ਆ ਕਿੱਥੋਂ ਮੰਮੀ ਲਿਆਏ ਜੀ ਪਤਾ ਕੀ ਮੈਂ ਬਾਜ਼ਾਰ ਗਈ ਸੀ ਮੈਂ ਆਣ ਡਈ ਸੀ ਅਤੇ ਬੜੀ ਦੇਰ ਪਹਿਲਾਂ ਨਾ ਇੱਕ ਭੈਣ ਜੀ ਨੇ ਮੇਰੇ ਕੋਲ ਪੈਸੇ ਫੜੇ ਸੀ ਅਤੇ ਉਹਨਾਂ ਨੇ ਮੈਨੂੰ ਆਵਾਜ਼ ਦਿੱਤੀ ਕਹਿੰਦੇ ਭੈਣ ਜੀ ਤੁਸੀਂ ਜਸਵੀਰ ਕੌਰ ਨਹੀਂ ਮੈਂ ਕਿਹਾ ਹਾਂਜੀ ਕਹਿੰਦੇ ਜਿਹੜੇ ਆਪਾਂ ਪੁਰਾਣੀ ਗਲੀ 'ਚ ਰਹਿੰਦੇ ਹੁੰਦੇ ਸੀ ਮੈਂ ਕਿਹਾ ਹਾਂ ਹਾਂ ਕਹਿੰਦੇ ਆਪਾਂ ਕਿਸੇ ਟਾਈਮ ਤੁਹਾਡੇ ਕੋਲ ਮਦਦ ਲਈ ਸੀ ਅਤੇ ਬਾਅਦ 'ਚ ਤੁਹਾਨੂੰ ਦੇਣ ਆਏ ਪੈਸੇ ਅਤੇ ਪਤਾ ਨਹੀਂ ਤੁਸੀਂ ਕਿੱਥੇ ਚਲੇ ਗਏ ਸਾਨੂੰ ਪਤਾ ਨਹੀਂ ਲੱਗਾ ਇਹ ਤਾਂ ਮੈਂ ਬਾਜ਼ਾਰ ਵਿੱਚ ਹੁਣੇ ਤੁਹਾਨੂੰ ਵੇਖਿਆ ਮੈਂ ਕਿਹਾ ਅੱਛਾ ਉਦੋਂ ਰਾਜੂ ਹੁਣੇ ਨਿੱਕੇ ਨਿੱਕੇ ਹੁੰਦੇ ਸੀ ਤੈਨੂੰ ਦੱਸਿਆ ਸੀ ਪਹਿਲਾਂ ਆਪਣਾ ਕੰਮ ਕਾਰ ਬੜਾ ਵਧੀਆ ਸੀ ਅਤੇ ਮੈਨੂੰ ਉਹਨਾਂ ਨੇ ਨਾ ਲਏ ਤਾਂ ਥੋੜ੍ਹੇ ਜਿਹੇ ਸੀ ਅਤੇ ਆਹ ਕਿੰਨੇ ਬੜੇ ਪੈਸੇ ਵਾਪਸ ਕਰਦੇ ਅਤੇ ਵੇਖ ਲਾ ਬਾਬਾ ਜੀ ਸਭ ਕੁਝ ਆਪ ਕਰਦੇ ਆ ਨਾ ਉਹੀ ਨਾ ਅੰਗ ਸੰਗ ਸਹਾਈ ਰਹਿ ਕੇ ਕਰਦੇ ਨੇ ਅਤੇ ਤੈਨੂੰ ਟੈਨਸ਼ਨ ਇਹ ਸੀ ਕਿ ਮੇਰੇ ਭਰਾ ਭਰਜਾਈ ਨੇ ਆਉਣਾ ਅਤੇ ਮੈਂ ਉਹਨਾਂ ਨੂੰ ਨਾ ਕਰਾਂ ਹੈ ਨਾ ਅਤੇ ਵੇਖ ਲਾ ਹੁਣ ਟੈਨਸ਼ਨ ਮੁੱਕ ਗਈ ਨਾ ਹਾਂ ਵੇਖ ਲਓ ਮੰਮੀ ਅੱਜ ਕੱਲ੍ਹ ਵੀ ਇਹੋ ਜਿਹੇ ਬੰਦੇ ਹੈਗੇ ਆ ਨਹੀਂ ਤਾਂ ਇੰਨੇ ਚਿਰ ਦੇ ਪੈਸੇ ਅਤੇ ਅੱਜ ਕਿੰਨ ਕੌਣ ਦਿੰਦਾ ਵਾ ਕਿਸੇ ਨੂੰ ਵੇਖ ਸਰਜਣਾ ਨਾ ਸਾਰਾ ਕੁਝ ਹਾਂਜੀ ਮੰਮੀ ਜੀ ਇਹ ਤਾਂ ਹੁਣ ਜਾ ਬਾਜ਼ਾਰ ਬਾਜ਼ਾਰ ਜਾ ਕੇ ਸੋਹਣਾ ਜਿਹਾ ਸੂਟ ਲੈ ਕੇ ਆ ਅਤੇ ਆਪਣੀ ਮੰਮੀ ਨੂੰ ਪੁੱਛ ਕੀ ਦੇਣਾ ਜੋ ਵੀ ਤੇਰੀ ਮੰਮੀ ਕਹੇਗੀ ਨਾ ਉਹ ਤੋਂ ਦੇਣਾ ਹੀ ਚੰਗਾ ਨਹੀਂ ਨਹੀਂ ਮੰਮੀ ਜੀ ਮੰਮੀ ਨੇ ਤਾਂ ਕਹਿਣਾ ਬੇਟਾ ਤੂੰ ਆਪਣਾ ਵੇਖ ਜੋ ਤੇਰੇ ਕੋਲ ਸਰਦਾ ਵਾ ਨਾ ਤੂੰ ਉਹ ਦੇ ਦੇ ਚੱਲ ਤੂੰ ਖੁਸ਼ ਹੈ ਨਾ ਹੁਣ ਹਾਂ ਮੰਮੀ ਜੀ ਚੱਲ ਬਹਿ ਮੈਂ ਨਾ ਜਰਾ ਆ ਪੈਰ ਧੋ ਕੇ ਆਵਾਂ ਆ ਮਿੱਟੀ 'ਚ ਬਾਹਰ ਪੈਰ ਗੰਦੇ ਹੋ ਗਏ ਤਾਂ ਉਹ ਤੈਨੂੰ ਵੇਖ ਕੇ ਮੈਂ ਇੱਧਰ ਨੂੰ ਆ ਗਈ ਅਤੇ ਮੰਮੀ ਜੀ ਪਾਣੀ ਲਿਆਵਾਂ ਤੁਹਾਡੇ ਵਾਸਤੇ ਨਹੀਂ ਕੋਈ ਨਹੀਂ ਮੈਂ ਹੱਥ ਧੋ ਲਵਾਂ ਪਹਿਲਾਂ ਮੈਂ ਬਹਿ ਤੂੰ ਇੱਥੇ ਮੇਰੇ 'ਤੇ ਮੰਮੀ ਜੀ ਨਾ ਮੈਨੂੰ ਛਦੈਣ ਹੀ ਸਮਝਦੇ ਆ ਕਿਹਨੂੰ ਪਤਾ ਨਹੀਂ ਲੱਗਦਾ ਕੁਛ ਕੰਨਾਂ ਤੋਂ ਖਾਲੀ ਨੇ ਅਤੇ ਆਪਣੇ ਕੰਨਾਂ ਦੀਆਂ ਵਾਲੀਆਂ ਵੇਚ ਕੇ ਅਤੇ ਆ ਪੈਸੇ ਲੈ ਕੇ ਆਏ ਆ ਇਹਨਾਂ ਨੂੰ ਗੱਲ ਕਰਦੀ ਹਾਂ ਹੁਣੇ ਮੰਮੀ ਜੀ ਹਾਂ ਪੁੱਤਰ ਮੰਮੀ ਤੁਹਾਨੂੰ ਮੈਂ ਛਦੈਣ ਲੱਗਦੀ ਹਾਂ ਕਿ ਮੈਨੂੰ ਕੁਛ ਵੀ ਪਤਾ ਨਹੀਂ ਲੱਗਦਾ ਪਤਾ ਨਹੀਂ ਮੈਨੂੰ ਤੋਂ ਛਦੈਣ ਹੈਗੀ ਨਹੀਂ ਹੈਗੀ ਪਰ ਇਸ ਟਾਈਮ ਨੂੰ ਭੁੱਖ ਬੜੀ ਲੱਗੀ ਆ 2 ਪ੍ਰਸ਼ਾਦੇ ਛਕਾ ਮੈਨੂੰ ਅਤੇ ਬਾਹਾਂ ਅਤੇ ਨਾਲੇ ਮੈਂ ਤੈਨੂੰ ਕੌਣ ਕਹਿੰਦਾ ਤੂੰ ਛਦੈਣ ਆ ਤੂੰ ਤਾਂ ਮੈਨੀ ਮੇਰੀ ਇੰਨੀ ਸਮਝਦਾਰ ਧੀ ਹੈਗੀ ਆ ਅਤੇ ਨੂੰ ਵੀ ਆ ਚੰਗਾ ਹੁਣ ਖੁਸ਼ ਆ ਨਾ ਤੂੰ ਚੱਲ ਰੋਟੀ ਦੇ ਬੜੀ ਭੁੱਖ ਲੱਗੀ ਰੋਟੀ ਤਾਂ ਮੈਂ ਹੁਣੇ ਬਸ ਗਰਮ ਗਰਮ ਫੁਲਕਾ ਬਣਾਉਂਦੀ ਹਾਂ ਮੈਨੂੰ ਇਹ ਦੱਸੋ ਤੁਹਾਡੀਆਂ ਵਾਲੀਆਂ ਕਿੱਥੇ ਗਈਆਂ ਵਾਲੀਆਂ ਅੱਛਾ ਤੈਨੂੰ ਪਤਾ ਉਹ ਦੱਸਣ ਡਏ ਸੀ ਪਰਸੋਂ ਜਨਾਨੀਆਂ ਖਲੋਤੀਆਂ ਉਹ ਕਹਿੰਦੀ ਭੈਣਾ ਆ ਕੀ ਅੱਜ ਕੱਲ੍ਹ ਮੋਬਾਈਲਾਂ ਦੇ ਵਿੱਚ ਆਉਂਦਾ ਕੋਈ ਜਨਾਨੀ ਲੰਘਣ ਡਈ ਉਹਦੀ ਚੈਨ ਵੀ ਲਾ ਲਈ ਅਤੇ ਵਾਲੀਆਂ ਖਿੱਚ ਕੇ ਲੈ ਗਏ ਮੇਰੇ ਕੋਲ ਹੈਗਾ ਕੀ ਆ 1 ਵਾਲੀਆਂ ਅਤੇ ਮੈਂ ਕੀ ਕੀਤਾ ਰਾਤੀ ਵਾਲੀਆਂ ਲਾ ਕੇ ਚੰਗੀ ਤਰ੍ਹਾਂ ਗੰਢਾ ਮਾਰ ਕੇ ਨਾ
ਪੇਟੀ 'ਚ ਸੁੱਟ ਤੀਆਂ। ਮੈਂ ਕਿਹਾ ਸਾਂਭੀਆਂ ਅੱਜ ਕੱਲ੍ਹ ਕੌਣ ਪਾਉਂਦਾ ਹੈ। ਮੰਮੀ ਕਿਉਂ ਮੈਨੂੰ ਤੁਸੀਂ ਇੰਨੀ ਛਦੈਣ ਬਣਾਈ ਜਾਂਦੇ ਹੋ ਗੱਲਾਂ ਕਰ ਕਰਕੇ? ਤੁਸੀਂ ਵਾਲੀਆਂ ਵੇਚ ਆਏ ਹੋ ਨਾ, ਆਹ ਪੈਸੇ ਉਹੀ ਆ ਨਾ? ਨਾ ਪੁੱਤ, ਪਾਗਲ ਹੋ ਗਈ ਆ, ਮੈਂ ਉਹ ਵਾਲੀਆਂ ਕਿਉਂ ਵੇਚਾਂ? ਦੱਸ, ਇਹ ਪਤਾ ਮੇਰੀ ਸੱਸ ਨੇ ਪਾਈਆਂ ਸੀ, ਮੈਂ ਵਾਲੀਆਂ ਵੇਚਦੀ ਭਲਾ? ਮੇਰੀ ਮਾਂ ਇੱਦਾਂ ਦੀ ਆ, ਆਪਣੇ ਬੱਚਿਆਂ ਦਾ ਦੁੱਖ ਵੇਖ ਕੇ ਨਾ ਉਸੇ ਵੇਲੇ ਚੀਜ਼ਾਂ ਆਪਣੀਆਂ ਜਿਹੜੀਆਂ ਇੱਕ ਅੱਧੀਆਂ ਹੁੰਦੀਆਂ ਮੈਂ ਦੇ ਕੇ ਅੱਗੇ ਤੁਸੀਂ ਚੂੜੀਆਂ ਵੀ ਇੱਦਾਂ ਹੀ ਕੀਤੀਆਂ ਸੀ, ਹੁਣ ਤੁਸੀਂ ਵਾਲੀਆਂ ਰੱਖ ਆਏ ਜੇ। ਨਿਸ਼ ਦੇਣੇ, ਉਹ ਚੂੜੀਆਂ ਵੀ ਉਹਦੇ ਵਿੱਚ ਹੀ ਪਈਆਂ ਹੋਈਆਂ ਸੀ, ਆਹ ਰਮਾਨ ਨਾ ਮੈਂ ਉਹ ਕੀ ਪਿੱਤਲ ਦੀਆਂ ਉੱਥੋਂ ਲੈ ਕੇ ਦੇ ਪਾਲੀਆਂ, ਨਾਲੇ ਕਿਸੇ ਨੂੰ ਕੀ ਪਤਾ। ਮੰਮੀ ਬਸ ਕਰੋ, ਐਵੇਂ ਨਾ ਬੋਲੀ ਜਾਓ, ਤੁਸੀਂ ਚੂੜੀਆਂ ਵੀ ਵੇਚ ਆਏ ਜੇ ਆਪਣੀਆਂ, ਅਤੇ ਆਹ ਹੁਣ ਤੁਸੀਂ ਆਹ ਕੰਨਾਂ ਦੇ ਵੇਚ ਆਏ ਜੇ, ਕਿੰਨਾ ਚਿਰ ਮੰਮੀ ਤੁਸੀਂ ਇੱਦਾਂ ਆਪਣੀਆਂ ਚੀਜ਼ਾਂ ਵੇਚ ਵੇਚ ਕੇ ਸਾਨੂੰ ਪਾਲੀ ਜਾਓਗੇ? ਅਸੀਂ ਆਪੇ ਕਿਤੇ ਕਰ ਲੈਣਾ ਸੀ ਹੀਲਾ, ਤੁਸੀਂ ਐਵੇਂ ਡਏ ਜੇ। ਪੁੱਤਰ, ਇੱਕ ਮਾਂ ਨੂੰ ਆਪਣੇ ਬੱਚਿਆਂ ਵਾਸਤੇ ਜੋ ਵੀ ਕਰਨਾ ਪਵੇ ਨਾ ਕਰ ਸਕਦੀ, ਮਾਂ ਖੁਦ ਭੁੱਖੀ ਰਹਿ ਸਕਦੀ ਆ, ਪਰ ਆਪਣੇ ਜਿਗਰ ਦੇ ਟੁਕੜਿਆਂ ਨੂੰ ਭੁੱਖਾ ਨਹੀਂ ਵੇਖ ਸਕਦੀ। ਮੇਰੀ ਗੱਲ ਸੁਣ, ਰਾਜੂ ਨੇ ਬਹੁਤ ਕੁਝ ਕੀਤਾ, ਜਦੋਂ ਦੇ ਪਾਪਾ ਚਲੇ ਗਏ ਨਾ ਬਸ ਘੱਟ ਹੀ ਇੰਨਾ ਜ਼ਿਆਦਾ ਪੈ ਗਿਆ, ਰਾਜੂ ਨੇ ਮਿਹਨਤ ਕਰ ਕਰਕੇ ਸਾਰਾ ਘਾਟਾ ਪੂਰਾ ਕੀਤਾ, ਅਤੇ ਜੇ ਮੇਰਾ ਪੁੱਤ ਇੰਨਾ ਕੁਝ ਕਰ ਸਕਦਾ ਤਾਂ ਮੇਰੇ ਵਾਸਤੇ ਆ ਚੂੜੀਆਂ ਆ ਵਾਲੀਆਂ ਆ ਕੀ ਕਰਨੀਆਂ? ਮੇਰੇ ਵਾਸਤੇ ਕੁਝ ਨਹੀਂ, ਹਾਂ ਜੇ ਰਾਜੂ ਮਾੜਾ ਨਿਕਲਦਾ ਨਾ ਜਾਂ ਤੂੰ ਮਾੜੀ ਨਿਕਲਦੀ ਤਾਂ ਮੈਂ ਕੁਝ ਵੀ ਨਹੀਂ ਸੀ ਦੇਣਾ ਤੁਹਾਨੂੰ, ਮੈਂ ਸਾਂਭ ਕੇ ਰੱਖਣਾ ਸੀ, ਹੁਣ ਕਿਹਦੇ ਵਾਸਤੇ ਸਾਂਭਾ? ਉਹ ਜਿਹੜੀ ਦੌਲਤ ਤੁਸੀਂ ਜੇ ਮੇਰੀ ਆ ਸੋਨਾ ਆ ਕੀ ਆ, ਆ ਸੜ ਕੇ ਸਵਾਹ ਹੋ ਜਾਣਾ, ਇਹ ਮੇਰੀ ਦੌਲਤ ਆ? ਮੇਰੀ ਦੌਲਤ ਤੁਸੀਂ ਜੇ, ਤੁਹਾਡਾ ਹਾਸਾ ਜੇ। ਮੰਮੀ ਤੁਸੀਂ ਬੜੇ ਚੰਗੇ ਜੇ, ਇੱਦਾਂ ਦੀ ਸੱਸ ਪਰਮਾਤਮਾ ਸਾਰਿਆਂ ਨੂੰ ਦੇਵੇ, ਨਹੀਂ ਤਾਂ ਤੁਹਾਨੂੰ ਪਤਾ ਨਾ ਕਿਹੜੀਆਂ ਸੱਸਾਂ ਇੱਦਾਂ ਕਰਦੀਆਂ, ਆਪਣੀਆਂ ਚੀਜ਼ਾਂ ਵੇਚ ਕੇ ਨੌਂ ਪੁੱਤਾਂ ਨੂੰ ਪੈਸੇ ਫੜਾ ਦੇਣ ਹੱਥ 'ਚ। ਅਸੀਂ ਬੜੇ ਹੀ ਪੋਨਾ ਵਾਲੇ ਕੰਮ ਕੀਤੇ ਆ ਜੋ ਤੁਸੀਂ ਮੈਨੂੰ ਮਿਲੇ ਜੇ। ਵਿਮਲ, ਇਹ ਮੈਂ ਚੰਗੀ ਰਹੀ, ਇਹ ਚੰਗੀ ਤੂੰ ਆ, ਚੰਗੀ ਤੇਰੀ ਨਜ਼ਰ ਆ, ਤੈਨੂੰ ਸਾਡੇ 'ਚ ਬੁਰਾਈ ਨਜ਼ਰ ਆਉਂਦੀ ਨਹੀਂ। ਜੇ ਤੈਨੂੰ ਸਾਡੇ 'ਚ ਬੁਰਾਈ ਨਜ਼ਰ ਆਉਂਦੀ ਨਾ ਤੂੰ ਇਹ ਕਦੀ ਨਹੀਂ ਸੀ ਆ ਗਰੀਬੀ ਸਹਿਣੀ, ਤੂੰ ਚਲੇ ਜਾਣਾ ਸੀ ਆਪਣੇ ਘਰ, ਤੂੰ ਕਦੀ ਨਹੀਂ ਸੀ ਮਿਹਨਤ ਕਰਨੀ, ਤੂੰ ਰਾਤ ਦਿਨ ਇਸ ਘਰ ਵਾਸਤੇ ਇੱਕ ਕੀਤਾ। ਮੇਰੇ ਕਹਿਣ ਦੀ ਛੱਡ ਗੱਲ, ਤੇਰੇ ਕੋਲ ਕੀ ਰਿਹਾ? ਤੂੰ ਵੀ ਤਾਂ ਬੱਚਿਆਂ ਕਰਕੇ ਸਾਰਾ ਗਹਿਣਾ ਵੇਚਿਆ ਨਾ, ਰਾਜੂ ਕਰਕੇ ਵੇਚਿਆ ਨਾ। ਕੋਈ ਗੱਲ ਨਹੀਂ ਮੰਮੀ, ਗਹਿਣੇ ਦਾ ਕੀ ਆ, ਗਹਿਣਾ ਤਾਂ ਆਪਾਂ ਕਮਾਈ ਕਰਕੇ ਫਿਰ ਬਣਾ ਲਾਂਗੇ, ਬੱਚਿਆਂ ਨੂੰ ਤਾਂ ਹੁਣ ਹੀ ਲੋੜ ਆ ਨਾ ਹਰ ਚੀਜ਼ ਦੀ, ਉਹੀ ਪੂਰੀ ਕਰਨ ਡਏ ਹਾਂ। ਚੱਲ ਨਹੀਂ ਛੱਡ ਪਰਾਂ, ਹੁਣ ਤੂੰ ਆ ਗੱਲਾਂ ਕਰਕੇ ਮੇਰਾ ਢਿੱਡ ਨਾ ਭਰੀ ਜਾ। ਨਹੀਂ ਨਹੀਂ ਮੰਮੀ, ਮੈਨੂੰ ਭੁੱਖ ਲੱਗੀ, ਰੋਟੀ ਦੇ ਲੱਗੀ ਆ। ਖੁਸ਼ ਰਹਿ। ਪਰਸ ਬਾਅਦ 'ਚ ਹੀ ਫੜਦੀ ਹਾਂ, ਪਹਿਲੇ ਮੰਮੀ ਨੂੰ ਪੁੱਛਾਂ ਕਿ ਮੰਮੀ ਮੈਂ ਬਾਜ਼ਾਰੋਂ ਹੋਵਾਂ, ਇਹ ਤਾਂ ਮੰਨ ਗਏ ਆ, ਪਰ ਮਾਤਾ ਦਾ ਕੋਈ ਪਤਾ ਨਹੀਂ, ਮੈਨੂੰ ਇਕੱਲੀ ਨੂੰ ਜਾਣ ਦੇਵੇ ਕਿ ਨਾ ਜਾਣ ਦੇਵੇ, ਭਾਵੇਂ ਕਵੇ ਮੈਂ ਵੀ ਤੇਰੇ ਨਾਲ ਜਾਣਾ ਵਾਂ, ਪਰ ਮੈਂ ਬੁੱਢੀ ਨੂੰ ਖੜਨਾ ਨਹੀਂ ਆ ਜੋ ਮਰਜ਼ੀ ਹੋ ਜੇ। ਮੰਮੀ
ਕੀ ਕਰਨ ਦੇ ਕੰਮ? ਹਾਂ ਪੁੱਤ, ਕੰਮ ਕਰਨ ਦੇ। ਅੱਛਾ, ਮੇਰੀ ਗੱਲ ਸੁਣੋ ਧਿਆਨ ਨਾਲ। ਮੈਨੂੰ ਨਾ ਪੈਸੇ ਦੇ ਗਏ ਸੀ ਉਹ, ਅਤੇ ਮੈਂ ਚੱਲੀ ਬਾਜ਼ਾਰ ਸਮਾਨ ਸਮੂਨ ਲੈ ਆਵਾਂ ਜਿਹੜਾ ਤੁਸੀਂ ਆਖਣ ਡੇ ਹੋ। ਜਾਣਾ ਨਾ ਦੀਦੀ ਹੁਣਾਂ ਕੋ ਫਿਰ, ਠੀਕ ਹੈ? ਅਤੇ ਤੁਸੀਂ ਸਾਂਭ ਲਿਓ ਹੁਣ ਜਿਹੜਾ ਕੰਮ ਰਹਿ ਗਿਆ ਰਸੋਈ ਰਸੋਈ ਦਾ ਸਾਰਾ। ਸਬਜ਼ੀ ਬਣਾ ਕੇ ਰੱਖ ਲਿਓ ਰਾਤ ਜੋਗੀ ਵੀ, ਫਿਰ ਮੈਂ ਥੱਕ ਜਾਣਾ ਅਤੇ ਮੇਰੇ ਕੋਲ ਨਹੀਂ ਆਣ ਕੇ ਇੰਨਾ ਕੰਮ ਹੋਣਾ ਹੈਗਾ, ਸਮਝਣ ਡੇ ਜੇ? ਸ਼ਮੀ, ਤੂੰ ਕਿੱਥੇ ਇਕੱਲੀ ਨੇ ਜਾਣਾ? ਰਾਣਾ ਕਿੱਥੇ ਆ? ਮੰਮੀ ਉਹ ਮੈਨੂੰ ਕਹਿ ਗਏ ਆ ਵੀ ਆਹ ਤੈਨੂੰ ਪੈਸੇ ਫੜਾਤੇ ਆ ਅਤੇ ਜਾ ਕੇ ਚੀਜ਼ਾਂ ਲੈ ਆ। ਹੁਣ ਉਹਨਾਂ ਕੋਲ ਜਿੰਨੀ ਕੁ ਗੁੰਜਾਇਸ਼ ਸੀ ਉਹਨਾਂ ਨੇ ਵਿਚਾਰਿਆਂ ਨੇ ਮੈਨੂੰ ਦੇ ਦਿੱਤੇ ਆ, ਹੁਣ ਉਹਨੇ 'ਚ ਹੀ ਲਿਆਉਂਗੀ ਮੈਂ ਸਭ ਕੁਝ। ਗੱਲ ਗੁੰਜਾਇਸ਼ ਦੀ ਨਹੀਂ ਗੀ, ਇੱਕ ਜਾਣੇ ਦੀ ਪਸੰਦ, ਦੋ ਜਾਣੇ ਦੀ ਪਸੰਦ, ਤੂੰ ਤਾਂ ਲੈ ਆਉਣੇ ਫਿੱਕੇ ਫਿੱਕੇ। ਮੰਮੀ, ਮੇਰੀਆਂ ਧੀਆਂ ਨੂੰ ਤਾਂ ਗਾੜੇ ਗਾੜੇ ਕੱਪੜੇ ਪਸੰਦ ਆ। ਮੈਂ ਸਮਝ ਸਕਦੀ ਹਾਂ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਜੇ, ਮੈਂ ਅੱਜ ਕੱਲ੍ਹ ਦੀ ਪੜ੍ਹੀ ਲਿਖੀ ਕੁੜੀ ਹਾਂ, ਮੈਨੂੰ ਸਾਰਾ ਪਤਾ ਵਾ ਕਿ ਕਿੱਦਾਂ ਦੇ ਕੱਪੜੇ ਚਾਹੀਦੇ ਅਤੇ ਕਿੱਦਾਂ ਦੇ ਨਹੀਂ। ਤੁਹਾਡੇ ਨਾਲੋਂ ਮੈਂ ਮੰਮੀ ਸੋਹਣੇ ਹੀ ਲੈ ਕੇ ਆਊਂਗੀ, ਮਾੜੀ ਚੀਜ਼ ਕੋਈ ਨਹੀਂ ਲਿਆਉਂਦੀ। ਬਾਕੀ ਦੂਜੀ ਗੱਲ ਮੇਰੀ ਸੁਣੋ, ਜਿੰਨੇ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਆ ਨਾ, ਕੱਪੜੇ ਉਹਨੇ 'ਚ ਹੀ ਆਉਣੇ ਆ, ਜੋ ਉਹਨੇ ਚਾਹੂਗਾ ਮੈਂ ਬਣਾ ਲਿਆਉਂਗੀ। ਤੁਸੀਂ ਟੈਨਸ਼ਨ ਨਾ ਕਰੋ, ਮੈਂ ਸੋਹਣੇ ਹੀ ਲੈ ਕੇ ਆਊਂਗੀ, ਤੁਸੀਂ ਕੰਮ ਕਰ ਲਓ। ਮੰਮੀ ਪਤਾ ਕੀ ਆ, ਜੇ ਦੋਵੇਂ ਜਾਣੀਆਂ ਬਾਜ਼ਾਰ ਚਲ ਗਈਆਂ ਤਾਂ ਦੋਵਾਂ ਨੇ ਥੱਕ ਜਾਣਾ ਵਾ, ਅਤੇ ਰਾਤ ਦਾ ਫਿਰ ਅੰਨ ਪਾਣੀ ਕਰਨ ਵਾਲਾ ਵਾ। ਮੈਂ ਕਿਹਾ ਚੱਲ ਤੁਸੀਂ ਘਰ ਦਾ ਕੰਮ ਕਰ ਲਓਗੇ, ਮੈਂ ਉੱਧਰ ਦਾ ਨਿਪਟਾ ਆਉਂਦੀ ਹਾਂ। ਨਹੀਂ ਭੈਣ, ਕੰਮ ਆਪਾਂ ਦੋਵੇਂ ਰਲ ਕੇ ਕਰ ਲਾਂਗੇ, ਮੈਂ ਤੇਰੇ ਨਾਲ ਚੱਲਦੀ ਹਾਂ, ਨਾਲੇ ਮੈਨੂੰ ਪਤਾ ਮੇਰੀਆਂ ਧੀਆਂ ਦੀ ਕੀ ਪਸੰਦ ਆ, ਤੂੰ ਤਾਂ ਜੋ ਜੀ ਕੀਤਾ ਉਹ ਚੁੱਕ ਲਿਆਉਣਾ ਵਾ, ਉਹ ਉਹਨਾਂ ਨੂੰ ਪਸੰਦ ਨਹੀਂ ਆਉਣਾ, ਤੂੰ ਐਡੀ ਚਲਾਕ ਨਾ ਬਣ। ਮੰਮੀ ਗੱਲ ਸੁਣੋ ਮੇਰੀ, ਮੈਨੂੰ ਪਤਾ ਵਾ ਵੀ ਉਹਨਾਂ ਨੂੰ ਕਿੱਦਾਂ ਦੇ ਕੱਪੜੇ ਪਸੰਦ ਆ ਅਤੇ ਕਿੱਦਾਂ ਦੇ ਪਾ ਕੇ ਆਈਆਂ ਸੀ। ਵੇਖਿਆ ਹੀ ਆ ਮੈਂ ਵਿਮਲ ਦੀਦੀ ਨੂੰ ਵੀ ਉਹਨੇ ਕੀ ਪਾਇਆ ਸੀ ਅਤੇ ਗੁਰਪ੍ਰੀਤ ਨੇ ਕੀ ਪਾਇਆ ਸੀ, ਮੈਂ ਉੱਦਾਂ ਦੇ ਹੀ ਲੈ ਕੇ ਆਊਂਗੀ। ਚਲੋ ਐਵੇਂ ਟੈਨਸ਼ਨ ਨਾ ਲਓ, ਜੇ ਨਹੁੰ ਲਿਆਉਂਦੀ ਆ ਤਾਂ ਉਹਦੇ 'ਤੇ ਯਕੀਨ ਕਰਨਾ ਸਿੱਖੋ, ਕੋਈ ਯਕੀਨ ਨਾ ਦੀ ਵੀ ਕੋਈ ਚੀਜ਼ ਹੁੰਦੀ ਆ। ਹੁਣ ਆਪੇ ਤਾਂ ਕਹਿੰਦੇ ਜੇ ਕਿ ਘਰ ਬਾਰ ਸਾਰਾ ਤੂੰ ਸਾਂਭਣਾ ਵਾ, ਜੋ ਕਰਤਾ ਧਰਤਾ ਤੂੰ ਆ, ਅਤੇ ਫਿਰ ਵਿਸ਼ਵਾਸ ਕਰੋ, ਅੱਗੇ ਤੁਸੀਂ ਪੈਸੇ ਨਹੀਂ ਫੜਾਏ ਹੈਗੇ, ਹੁਣ ਉਹ ਵਿਚਾਰੇ ਦੇ ਕੇ ਗਏ ਮੈਨੂੰ ਥੋੜ੍ਹੇ ਬਹੁਤੇ। ਤਾਂ ਕੋਈ ਨਹੀਂ, ਪੈਸੇ ਮੇਰੇ ਕੋਲ ਹੈਗੇ, ਦੋਵੇਂ ਜਾਣੀਆਂ ਚੱਲਦੀਆਂ, ਦੋਵਾਂ ਦੀ ਪਸੰਦ ਤੇਰੀ ਹੋਰ ਮੇਰੀ ਹੋਰ, ਫਿਰ ਦੋਵੇਂ ਜਾਣੀਆਂ ਰਲ ਕੇ ਆਪਾਂ ਕੱਪੜੇ ਲੈ ਲਾਂਗੇ। ਮੰਮੀ ਜੇ ਹੈਗੇ ਤਾਂ ਤੁਸੀਂ ਮੈਨੂੰ ਉੱਦਾਂ ਹੀ ਦੇ ਦਿਓ ਥੋੜ੍ਹੇ ਬਹੁਤੇ ਪੈਸੇ, ਮੈਂ ਨਾਲ ਲੈ ਜਾਂਦੀ ਹਾਂ, ਉਹਨਾਂ ਨੇ ਮੈਨੂੰ ਥੋੜ੍ਹੇ ਦਿੱਤੇ ਆ, ਹੈਗੇ ਤਾਂ ਤੁਸੀਂ ਦੇ ਦਿਓ ਮੈਨੂੰ। ਬੋਲੋ ਹੁਣ, ਮੈਂ ਪੈਸੇ ਕਹਿਣ ਡੀ ਹਾਂ, ਬੈਲ ਵੱਜੀ ਕੌਣ ਆਇਆ ਵਾ, ਵੇਖੋ ਪਹਿਲੇ। ਵੇਖਦੀ ਹਾਂ। ਲੈ ਕੁੜੇ, ਇਹ ਤਾਂ ਮੇਰੀ ਧੀ ਆ ਗਈ ਜਾਪਦੀ ਆ, ਚੱਲ ਚੰਗਾ ਹੋਇਆ ਹੁਣ ਆ ਗਈ ਆ, ਇਹ ਆਉਂਦੀ ਮੈਂ ਇਕੱਲੀ ਜਾਣਾ, ਹੁਣ ਆਪਣੀ ਪਸੰਦ ਦੇ ਤਾਂ ਲੈ ਲਓ, ਜਿਸ ਤਰ੍ਹਾਂ ਦਾ ਜੀ ਕਰੋ, ਗਾੜਾ ਲਵੇ ਫਿੱਕਾ ਲਵੇ ਉਹਦੀ ਮਰਜ਼ੀ, ਇਹਦੀ ਨਾ ਹੁਣ ਚੱਲੂ। ਆ ਜਾ ਪੁੱਤ, ਆ ਆ ਮੇਰੀ ਧੀ ਆਈ ਆ, ਬੜੀ ਸੋਹਣੀ ਗੱਲ ਹੋਈ। ਸਤਿ ਸ਼੍ਰੀ ਅਕਾਲ ਰਾਜੀ ਪੁੱਤ। ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ। ਲੈ ਬੜੀਆਂ ਨੌ ਸੱਸ ਖਲੋਤੀਆਂ ਨੇ, ਕਿਤੇ ਚੱਲੀਆਂ ਸੀ? ਹਾਂ ਚੱਲ, ਬਸ ਆ ਜਾਓ ਤੁਸੀਂ, ਆ ਜਾਓ ਆ ਜਾਓ ਆ ਜਾਓ, ਚੱਲ ਆ ਜਾ ਆ ਜਾ ਦੀਦੀ, ਇੱਥੇ ਬਹਿ ਜਾ ਮੇਰੇ ਕੋਲ ਹੀ। ਪਾਣੀ ਲਿਆਵਾਂ ਦੀਦੀ? ਨਹੀਂ ਨਹੀਂ ਭਾਬੀ, ਬਸ ਮੈਂ ਨਾ ਇੱਧਰ ਨੂੰ ਆਈ ਸੀ, ਮੈਂ ਸੋਚਿਆ ਮਿਲ ਜਾ ਤੁਹਾਨੂੰ ਸਾਰਿਆਂ ਨੂੰ, ਮੇਰਾ ਜੀ ਨਹੀਂ ਕੀਤਾ ਅੱਗੇ ਨਿਕਲਣ ਨੂੰ। ਚਲੋ ਵਧੀਆ ਕੀਤਾ ਕਿ ਆ ਤਾਂ ਤੁਸੀਂ, ਬੜਾ ਵਧੀਆ। ਮੈਂ ਵੀ ਚੱਲੀ ਸੀ ਬਸ ਬਾਜ਼ਾਰ ਨਾ, ਥੋੜਾ ਕੰਮ ਸੀ ਮੈਨੂੰ। ਅੱਛਾ ਅੱਛਾ, ਹਾਂਜੀ। ਚਲ ਮੰਮੀ ਤੁਸੀਂ ਠੀਕ ਜੇ? ਠੀਕ ਠੀਕ ਪੁੱਤ, ਚੰਗਾ ਤੂੰ ਆ ਗਈ ਆ, ਇੱਥੇ ਕੱਪੜੇ ਲੈਣ ਚੱਲੀ ਸੀ, ਇਹਨੇ ਤਾਂ ਆਪਣੀ ਪਸੰਦ ਦੇ ਲੈ ਆਉਣੇ ਸੀ, ਉਹਨੂੰ ਪਤਾ ਵੀ ਤੇਰਾ ਤਾਂ ਉਹੋ ਜਿਹਾ ਹਿਸਾਬ ਆ, ਅਗਲੀ ਆਪਣੀ ਜੋ ਮਨ ਮਰਜ਼ੀ 100 ਵਾਲਾ ਲੈ ਆਵੇ, 200 ਵਾਲਾ ਲੈ ਆਵੇ, ਫਿੱਕਾ ਲੈ ਆਵੇ, ਗਾੜਾ ਲੈ ਆਵੇ, ਹੁਣ ਚੰਗਾ ਤੂੰ ਆ ਗਈ, ਹੁਣ ਤੂੰ ਨਾਲ ਜਾਵੀਂ ਅਤੇ ਆਪਣੀ ਪਸੰਦ ਦੇ ਲਿਆਵੀਂ। ਨਹੀਂ ਨਹੀਂ ਮੰਮੀ, ਭਾਬੀ ਜੋ ਲਿਆਊਗੀ ਵਧੀਆ ਹੀ ਲਿਆਊਗੀ, ਮਾੜਾ ਕਿ ਲਿਆਊਗੀ, ਕੋਈ ਗੱਲ ਨਹੀਂ, ਜਾਣ ਦਿਓ ਉਹਨਾਂ ਨੂੰ।
ਨਹੀਂ ਪੁੱਤ ਨਹੀਂ, ਤੂੰ ਆਈ ਹੁਣ ਭੱਜ ਨਾ ਹੀ ਆ ਗਈ ਆ। ਵੇਖਿਆ ਮੰਮੀ ਦੀਦੀ ਨੂੰ ਮੇਰੇ ਤੇ ਕਿੰਨਾ ਯਕੀਨ ਆ, ਦੱਸੋ ਤੁਹਾਡੇ ਤੋਂ ਵੱਧ ਤੇ ਉਹ ਵਿਸ਼ਵਾਸ ਕਰਦੇ ਆ। ਮੈਂ ਵਧੀਆ ਹੀ ਲੈ ਕੇ ਆਉਂਗੀ ਦੀਦੀ, ਤੁਹਾਡੇ ਵਾਸਤੇ ਸਪੈਸ਼ਲ ਲੈ ਕੇ ਆਉਂਗੀ, ਜਿੱਦਾਂ ਦੇ ਤੁਸੀਂ ਪਾਉਂਦੇ ਹੋ। ਕੋਈ ਗੱਲ ਨਹੀਂ ਭਾਬੀ ਜੀ, ਜੋ ਵੀ ਲਿਆਓਗੇ ਵਧੀਆ ਹੀ ਲਿਆਓਗੇ, ਠੀਕ ਕੋਈ ਗੱਲ ਨਹੀਂ ਜੀ। ਚਲੋ ਮੈਂ ਚਾਹ ਘੁੱਟ ਬਣਾ ਕੇ ਲਿਆਈ ਤੇ ਤੁਸੀਂ ਮਾਵਾਂ ਧੀਆਂ ਗੱਲਾਂ ਕਰੋ। ਹਾਂਜੀ ਹਾਂਜੀ ਭਾਬੀ। ਹੋਰ ਸੁਣਾ ਪੁੱਤ, ਕਿਤਰਾ ਕੰਮ ਚੱਲ ਰਿਹਾ ਰਾਜੂ ਦਾ, ਕਿਤਰਾ ਕੰਮ ਠੀਕ ਠਾਕ ਚੱਲਦਾ? ਮੰਮੀ ਹਾਂਜੀ, ਥੋੜ੍ਹਾ ਜਿਹਾ ਹਜੇ ਤਾਂ ਇੱਦਾਂ ਹੀ ਆ, ਕੋਈ ਨਹੀਂ ਹੋ ਜਾਊਗਾ ਠੀਕ ਉਹਨਾਂ ਦਾ ਕੰਮ ਵੀ। ਕੋਈ ਨਹੀਂ, ਘਬਰਾਉਣਾ ਨਹੀਂ, ਤੂੰ ਆਪਣੀ ਪਸੰਦ ਦੇ ਲਿਆਵੀਂ। ਚੰਗੀ ਭਲੀ ਬਾਜ਼ਾਰ ਚੱਲੀ ਤੇ ਆ ਗਈ ਸੁਗਾਤ, ਇਦਕੋ ਵੀ ਨਹੀਂ ਘਰ ਟਿਕਿਆ ਜਾਂਦਾ, ਕਦੇ ਕਦੀ ਇੱਧਰ ਤੁਰੀ ਫਿਰਦੀ ਕਦੀ ਉੱਧਰ। ਉਹੋ ਜੀ ਮਾਤਾ ਵਾ, ਅਸੀਂ ਨਾਲ ਜਾ ਇਹਦੇ ਕੱਪੜੇ ਬਣਾਉਣ, ਇਹਨੇ ਪੈਸੇ ਜੋ ਫੜਾਏ ਆ ਮੈਨੂੰ ਜਿਹਨੇ ਨਾਲ ਜਾਣਾ ਵਾ, ਬੜਾ ਦਿੱਤਾ ਕੈਸ਼ ਮੈਨੂੰ ਇਹਨੇ। ਚਾਹ ਤਰ੍ਹਾਂ ਮੱਥੇ ਮਾਰਾ ਪੀ ਕੇ ਦਫਾ ਵੇ। ਨਾਲ ਤੋਰਦੇ ਪਾਵੇਂ ਮੇਰੇ। ਸੁਣਾ ਪੁੱਤ, ਤੁਹਾਨੂੰ ਕੋਈ ਕੰਮ ਕਾਰ ਲੱਭਾ ਰਾਜੂ ਨੂੰ? ਕੋਈ ਗੱਲ ਨਹੀਂ ਮੰਮੀ ਜੀ, ਤੁਸੀਂ ਟੈਨਸ਼ਨ ਨਾ ਲਓ, ਲੱਭ ਜਾਣਾ ਕੰਮ। ਪਹਿਲਾਂ ਵਾਲਾ ਤਾਂ ਤੁਹਾਨੂੰ ਪਤਾ ਨਾ ਸੱਟ ਲੱਗੀ ਸੀ ਅਤੇ ਉਹਨਾਂ ਨੇ ਨਹੀਂ ਲਿਆ, ਅਤੇ ਹੁਣ ਕੋਈ ਗੱਲ ਨਹੀਂ, ਦੂਜੀ ਵਾਰੀ ਕਿਤੇ ਵੇਖਣ ਦਏ ਆ। ਮੰਮੀ ਜੀ ਵੀ ਡਏ ਆ ਕੋਸ਼ਿਸ਼ ਕਰਨ, ਆਪੇ ਮਿਲ ਜੂਗਾ। ਪਰ ਪੁੱਤ ਮੈਨੂੰ ਫਿਕਰ ਆ, ਤੂੰ ਅੱਗੇ ਵਿਆਹ 'ਤੇ ਆਈ ਤਾਂ ਵੀ ਖਰਚਾ ਕੀਤਾ, ਹੁਣ ਤੇਰੇ ਭਰਾ ਭਰਜਾਈ ਨੇ ਜਾਣਾ ਤੇਰੇ ਕੋਲ, ਤੈਨੂੰ ਫਿਰ ਖਰਚਾ ਕਰਨਾ ਪੈਣਾ, ਕਿਉਂ ਵਿਹਾਰ ਜਿਹੜਾ ਉਹ ਤਾਂ ਪੁੱਤ ਕਰਨਾ ਹੀ ਆ। ਅਤੇ ਕੋਈ ਗੱਲ ਨਹੀਂ ਮੰਮੀ ਜੀ, ਭਰਾ ਭਰਜਾਈ ਨੇ ਮੇਰੇ ਕੋਲ ਆਉਣਾ, ਮੈਨੂੰ ਬੜੀ ਖੁਸ਼ੀ ਆ, ਸਾਰੇ ਮੇਰੇ ਘਰ ਦੇ ਬੜੇ ਖੁਸ਼ ਆ, ਮੰਮੀ ਜੀ ਵੀ ਇਹ ਵੀ, ਅਤੇ ਆਪਾਂ ਕਰਾਂਗੇ ਵਧੀਆ ਤਰ੍ਹਾਂ ਜਿੱਦਾਂ ਵੀ ਹੋਊਗਾ। ਕੁਛ ਨਾ ਕੁਛ ਤਾਂ ਪੁੱਤ ਤੈਨੂੰ ਸਗਨ ਦੇਣਾ ਪੈਣਾ। ਅਤੇ ਮੰਮੀ ਜੀ ਦਊਂਗੀ ਸਗਨ, ਤੁਸੀਂ ਇੰਨੀ ਟੈਨਸ਼ਨ ਕਿਉਂ ਲਾਈ ਆ, ਤੁਸੀਂ ਫਿਕਰ ਨਾ ਕਰੋ, ਕੋਈ ਗੱਲ ਨਹੀਂ ਮੈਂ ਸੋਹਣਾ ਹੀ ਕਰਕੇ ਤੋਰੂੰਗੀ। ਫਿਕਰ ਤਾਂ ਪੁੱਤ ਮੈਨੂੰ ਤੇਰੀ ਹੈਗੀ ਆ, ਵੀ ਤੂੰ ਕਿੱਥੋਂ ਇੰਨਾ ਖਰਚਾ ਕਰੇਂਗੀ, ਮੈਂ ਤਾਂ ਵੇਖਣ ਡੀ, ਮੈਨੂੰ ਤਾਂ ਇੱਥੇ ਸ਼ੰਮੀ ਨਿਕਲਣ ਹੀ ਨਹੀਂ ਦਿੰਦੀ, ਕੰਮਾਂ ਕਾਰਾਂ ਦੇ ਵਿੱਚ ਮੈਨੂੰ ਰੁਝਾ ਛੱਡਦੀ ਆ, ਮੈਂ ਨਹੀਂ ਹਾਂ ਕਿਤੇ ਮੈਂ ਜਾਵਾਂ, ਕੁਛ ਨਾ ਕੁਛ ਤੈਨੂੰ ਦੇ ਕੇ ਆਵਾਂ। ਇੱਕ ਗੱਲ ਚੰਗੀ ਹੋਈ ਵੀ ਤੂੰ ਆ ਗਈ ਆ, ਉਹ ਰਸੋਈ 'ਚ ਗਈ ਆ, ਥੋੜ੍ਹੇ ਜਿਹੇ ਮੈਂ ਪੈਸੇ ਰੱਖੇ ਆ, ਤੈਨੂੰ ਮੈਂ ਦਿੰਦੀ ਹਾਂ, ਚੁੱਪ ਕਰਕੇ ਫੜ ਲਈ, ਆਪਣਾ ਟਾਈਮ ਸਾਰ ਲਈ, ਉਹਨੂੰ ਨਹੀਂ ਪਤਾ ਮੈਂ ਚੋਰੀ ਰੱਖੀ ਆ। ਕਟੋਰਾ ਠਹਿਰ ਜਾ। ਲੇਟ ਨਾ, ਪਤਾ ਨਾ ਲੱਗੇ, ਚਲਾਕ ਬੜੀ ਹੋ, ਉਹਨੇ ਆਖਣਾ ਮਾਂ ਨੂੰ, ਮਾਂ ਨੇ ਦਿੱਤੇ ਅਤੇ ਸਾਨੂੰ ਬਣਾ ਤੇ, ਸਾਡਾ ਘਰ ਆ ਅਤੇ ਸਾਡੇ 'ਤੇ ਲਾ ਤਾ। ਮੰਮੀ ਜੀ ਮੈਨੂੰ ਖੁਸ਼ੀ ਆ ਕਿ ਤੁਸੀਂ ਮੇਰੇ ਬਾਰੇ ਸੋਚਣ ਦੇ ਹੋ ਕਿ ਮੇਰੀ ਧੀ ਕਿੱਦਾਂ ਖਰਚਾ ਕਰੂਗੀ, ਪਰ ਤੁਸੀਂ ਨਾ ਬਿਲਕੁਲ ਵੀ ਟੈਨਸ਼ਨ ਨਾ ਲਓ। ਤੁਹਾਨੂੰ ਪਤਾ ਮੇਰੇ ਮੰਮੀ ਜੀ ਨੇ ਅੱਜ ਨਾ ਆਪੇ ਜਾ ਕੇ ਕੋਸ਼ਿਸ਼ ਕੀਤੀ, ਉਹ ਆਪਣੇ ਪੈਸੇ ਲੈ ਆਏ ਆ, ਅਤੇ ਉਹਨਾਂ ਨੇ ਮੇਰੇ ਹੱਥ 'ਚ ਧਰਤੇ ਕਿ ਬਾਊ ਜਿੱਦਾਂ ਵੀ ਹੋ ਸਕਦਾ ਆਪਣੇ ਭਰਾ ਭਰਜਾਈ ਦਾ ਨਾ ਤੂੰ ਕਰ, ਕੱਪੜਾ ਲੀੜਾ ਜਿੱਦਾਂ ਦਾ ਵੀ ਲਿਆਉਣਾ ਵਾ ਮੈਂ ਵਧੀਆ ਹੀ ਕਰੂੰਗੀ, ਤੂੰ ਟੈਨਸ਼ਨ ਨਾ ਕਿਸੇ ਗੱਲ ਦੀ ਵੀ ਲਓ। ਤੁਹਾਨੂੰ ਪਤਾ ਮੇਰੀ ਮੰਮੀ ਨੂੰ ਧਰਨ ਨਾਲੋਂ ਜ਼ਿਆਦਾ ਫਿਕਰ ਸੀ ਕਿ ਇਹਦੇ ਭਰਾ ਭਰਜਾਈ ਆਉਣੇ ਆ ਅਤੇ ਕਿਸੇ ਕੀ ਚੀਜ਼ ਦੀ ਕਮੀ ਨਾ ਰਹਿ ਜੇ ਕੋਈ। ਸ਼ਾਬਾਸ਼ ਮੇਰਾ ਪੁੱਤ, ਮੈਨੂੰ ਤੇਰੇ ਕੋਈ ਇਹੋ ਉਮੀਦ ਸੀ, ਚੱਲ ਕੋਈ ਨਹੀਂ ਪੁੱਤ ਸਿਆਣੀ। ਤੁਸੀਂ ਆ ਪੈਸੇ ਸਾਂਭੋ ਅਤੇ ਆਪਣੇ 'ਤੇ ਕੋਈ ਵੀ ਖਰਚਾ ਵਾ, ਕੋਈ ਦਵਾਈ ਬੂਟੀ ਲਿਆਉਣੀ ਹੁੰਦੀ ਆ, ਤੁਸੀਂ ਇਕੱਠੇ ਕਰਕੇ ਮੈਨੂੰ ਪਤਾ ਵਾ ਸਾਰੇ ਮੈਨੂੰ ਫੜਾ ਦਿੱਤੇ ਆ ਕਿ ਤੂੰ ਰੱਖ ਲਾ। ਠੀਕ ਆ, ਉਹਨੂੰ ਪਤਾ ਨਾ ਲੱਗ ਜੇ ਫਿਰ ਮੈਂ ਇਹਨੂੰ ਸਾਂਭ ਲੈਂਦੀ। ਹਾਂ ਰੱਖ ਲਓ ਤੁਸੀਂ, ਕੋਈ ਗੱਲ ਨਹੀਂ, ਨਾ ਉਹਨੂੰ ਪਤਾ ਲੱਗੇ ਵੀ ਦਿੱਤੇ ਕਿ ਨਹੀਂ ਦਿੱਤੇ। ਚੱਲ ਕੋਈ ਨਹੀਂ ਪੁੱਤ,
ਹੋਰ ਮੰਮੀ ਜੀ ਤੁਸੀਂ ਸ਼ਮੀ ਠੀਕ ਰਹਿੰਦੀ ਨਾ ਤੁਹਾਡੇ ਨਾਲ? ਠੀਕ ਰਹਿੰਦੀ ਠੀਕ ਰਹਿੰਦੀ, ਦੋਵੇਂ ਜਣੀਆਂ ਖੁਸ਼ੀ ਖੁਸ਼ੀ ਰਿਹਾ ਕਰੋ, ਖੁਸ਼ੀ ਰਹਿੰਦੀਆਂ ਕੋਈ ਨਾ, ਤੁਸੀਂ ਮਾਵਾਂ ਧੀ ਆਈ ਹੋ, ਹੋਰ ਕਿਹੜਾ ਤੀਜਾ ਬੰਦਾ ਵਾ ਤੁਹਾਡੇ ਵਿੱਚ? ਵੀਰੇ ਨੇ ਤਾਂ ਉਦਾਂ ਹੀ ਬਾਹਰ ਰਹਿਣਾ ਹੁੰਦਾ ਵਾ ਕੰਮ ਕਾਰ ਵਿੱਚ ਹੀ, ਅਤੇ ਤੁਸੀਂ ਆਪਸ 'ਚ ਹੀ ਬੋਲਣਾ ਚੱਲਣਾ ਹੁੰਦਾ ਵਾ ਨਾ। ਹੁਣ ਮੇਰੇ ਮੰਮੀ ਵੇਖੋ ਹਰ ਦੁੱਖ ਸੁੱਖ ਮੇਰੇ ਨਾਲ ਕਰਦੇ ਆ, ਮੈਂ ਉਹਨਾਂ ਨਾਲ ਕਰਦੀ ਹਾਂ, ਕਿੰਨਾ ਵਧੀਆ ਟਾਈਮ ਪਾਸ ਹੋ ਜਾਂਦਾ ਵਾ। ਕੋਈ ਨਹੀਂ ਪੁੱਤ, ਮੈਂ ਵੀ ਸ਼ਮੀ ਨਾਲ ਸਾਰਾ ਕੰਮ ਕਰਾਉਂਦੀ ਹਾਂ, ਰੱਖਿਆ ਉਹਨੂੰ ਮੈਂ ਧੀਆਂ ਵਾਂਗੂ ਹੀ ਆ। ਹਾਂਜੀ, ਪਰ ਇੱਕ ਗੱਲ ਇਹੋ ਆ ਨਾ, ਮੈਂ ਜਾਣਾ ਕੱਪੜੇ ਲੈਣ, ਇਸ ਗੱਲ ਤੋਂ ਵੀ ਮੇਰੀਆਂ ਧੀਆਂ ਦੇ ਕਿਤਰਾਂ ਦੇ ਲਿਆਊਗੀ। ਮੰਮੀ ਇੱਦਾਂ ਦੀ ਟੈਨਸ਼ਨ ਨਾ ਲਿਆ ਕਰੋ, ਕੋਈ ਗੱਲ ਨਹੀਂ, ਜੋ ਕਰੂਗੀ ਚੰਗਾ ਹੀ ਕਰੂਗੀ, ਤੁਸੀਂ ਫਿਕਰ ਨਾ ਕਰਿਆ ਕਰੋ ਕਿਸੇ ਗੱਲ ਦੀ। ਜੇ ਕਹਿੰਦੀ ਆ ਨਾ ਕੋਈ ਗੱਲ ਨਹੀਂ, ਕੋਈ ਨਹੀਂ ਪੁੱਤ, ਤੂੰ ਜਾ ਲੈ ਆ ਜਾ ਕੇ। ਠੀਕ ਆ ਪੁੱਤ, ਠੀਕ। ਹਾਂ ਮੈਂ ਪੈਸੇ ਮੰਗੇ ਸੀ ਵੀ ਕੱਪੜੇ ਬਣਾ ਕੇ ਲਿਆਉਣੇ ਆ, ਅਤੇ ਜਨਾਨੀ ਨੂੰ ਮੌਤ ਪੈਂਦੀ ਸੀ ਅਤੇ ਧੀ ਵਾਸਤੇ ਰੱਖੇ ਹੈ, ਪੜਦੇ ਨਾ ਧੀ ਨੂੰ ਡਈ ਪੈਸੇ ਫੜਾਉਣ, ਆਉਂਦਾ ਆ ਨਾ ਅਤੇ ਦੱਸਦੀ ਇਹਨੂੰ ਸਾਰਾ ਕੁਝ ਵੀ ਆ ਜਿੰਨੀ ਤੇਰੀ ਕਮਾਈ ਹੈ ਨਾ ਸਾਰੀ ਤੇਰੀ ਭੈਣ ਨੂੰ ਜਾਣ ਡਈ ਆ। ਟਿੱਪ ਵੜੇ ਪਾਉਣੀ ਮਾਤਾ, ਇਹੋ ਸਿਆਪੇ ਹੁੰਦੇ ਆ ਇਹੋ ਜਿਹੀਆਂ ਸੱਸਾਂ ਦੇ, ਵੀ ਧੀਆਂ ਦਾ ਘਰ ਭਰਦੀਆਂ ਰਹਿੰਦੀਆਂ ਵਾ, ਨੌਂ ਪੁੱਤ ਭਾਵੇਂ ਰੁਲ ਜਾਣ ਸੜਕ 'ਤੇ, ਹੈਂ ਉਹੋ ਜਿਹਾ ਉਹ ਨਖਾਫਣਾ ਜਿੰਨੀ ਤਨਖਾਹ ਮਿਲਦੀ ਆ ਸਾਰੀ ਲਿਆ ਕੇ ਮਾਂ ਦੇ ਹੱਥ 'ਤੇ ਰੱਖ ਦਿੰਦਾ ਵਾ। ਮੇਰੇ ਤਾਂ ਇਹ ਕਦੇ ਸੱਪ ਲੇਟਣ ਡਿਆ ਵੇਖ ਕੇ, ਹੈਂ ਪੈਸੇ ਫੜ ਲਏ ਆ ਅਤੇ ਇਹੋ ਹੁਣ ਮਾਰੂਗੀ ਸਾਡੇ ਮੱਥੇ ਚੀਜ਼ਾਂ ਬਣਾ ਕੇ, ਉੱਥੇ ਸਾਡਾ ਸਿਰ ਅਤੇ ਸਾਡੀਆਂ ਜੁੱਤੀਆਂ। ਮਾਰਾ ਮੱਥੇ ਦੇ ਚਾਹ ਮੈਂ, ਗੱਡੀਆਂ ਚਲਾ ਕੇ ਮਾਵਾਂ ਧੀਆਂ ਹੈ। ਕੋਈ ਗੱਲ ਨਹੀਂ ਭੈਣ, ਤੇਰਾ ਵੀ ਸੂਟ ਮੈਂ ਉਹ ਬਣਾ ਕੇ ਲਿਆਉਂਗੀ ਜਿਹੜਾ ਸਾਰੇ ਬਹਿ ਬਹਿ ਵੇਖਣ।